ਪੰਜਾਬੀ ਗਾਇਕ ਸਾਥਕੇ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਉਹਨਾਂ ਨੇ ਹੁਣ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਦੀਏ ਕਿ ਕੈਨੇਡਾ ਦੇ ਵਿੱਚ ਅਚਾਨਕ ਹੀ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ। ਕਿਹਾ ਜਾ ਰਿਹਾ ਕਿ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਹਨਾਂ ਦਾ ਇੱਕ ਆਪਰੇਸ਼ਨ ਹੁੰਦਾ ਹੈ ਤੇ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤੇ ਇੱਕ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਤੁਹਾਡੀਆਂ ਦੁਆਵਾਂ ਅਤੇ ਕਾਲਾਂ ਦੇ ਕਰਕੇ ਹੀ ਸੰਭਵ ਹੋ ਪਾਇਆ। ਦੱਸ ਦਈਏ ਕਿ ਜੋ ਪੋਸਟ ਸਾਰਥਕੇ ਦੇ ਵੱਲੋਂ ਪਾਈ ਗਈ ਹੈ ਉਸ ਦੇ ਵਿੱਚ ਲਿਖਿਆ ਹੈ, ਸਤਿ ਸ਼੍ਰੀ ਅਕਾਲ ਜੀ, ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ। ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ ਨੇ। ਤੁਸੀਂ ਸਾਰਿਆਂ ਨੇ ਦਿਨ ਰਾਤ ਫੋਨ ਮੈਸੇਜ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੜਾ ਹੌਸਲਾ ਤੇ ਦੁਆਵਾਂ ਦਿੱਤੀਆਂ। ਉਸ ਮਾਲਕ ਦੀ ਕਿਰਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਫੀਲ ਕਰ ਰਿਹਾ ਤੇ ਬੜੀ ਹੀ ਜਲਦੀ ਹੀ ਆਪਾਂ ਸਟੇਜਾਂ ਤੇ ਅਖਾੜੇ ਲਾਉਂਦੇ ਨਜ਼ਰ ਆਵਾਂਗੇ। ਹੋ ਸਕਦਾ ਅਖਾੜੇ ਥੋੜੇ ਟਾਈਮ ਲਈ ਇਸ ਹਸਪੀਟਲ ਦੀ ਜਗ੍ਹਾ ਤੇ ਬੁੱਕ ਹੋਏ ਹੋਣ, ਉਹ ਮਾਲਕ ਜਾਣਦਾ। ਬਾਕੀ ਮੈਂ ਹਰ ਰੋਜ਼ ਆਪਣੀ ਅਪਡੇਟ ਸਾਰਿਆਂ ਦੇ ਨਾਲ ਸਾਂਝੀ ਕਰਦਾ ਰਹੂੰਗਾ। ਪਿਆਰ ਕਰਨ ਵਾਲਿਆਂ ਨੂੰ, ਚਾਹੁਣ ਵਾਲਿਆਂ ਨੂੰ ਦਿਲ ਤੋਂ ਪਿਆਰ ਤੇ ਸਤਿਕਾਰ। ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਖਿਆਲ ਰੱਖਿਓ, ਮਾਲਕ ਸਭ ਨੂੰ ਤੰਦਰੁਸਤ ਰੱਖੇ ਤੇ ਸਾਰਥਕੇ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੇਗਾ। ਤਾਂ ਇਹ ਪੋਸਟ ਜੋ ਹੈ ਸਾਰਥਕੇ ਦੇ ਵੱਲੋਂ ਪਾਈ ਗਈ ਹੈ। ਦੱਸ ਦਈਏ ਕਿ ਉੱਘੇ ਪੰਜਾਬੀ ਗਾਇਕ ਅਤੇ ਮਿਮਿਕਰੀ ਕਲਾਕਾਰ ਨਾਭਾ ਦੇ ਜੰਪਲ ਸਾਰਥਕੇ, ਜਿਨ੍ਹਾਂ ਦੀ ਬੀਤੇ ਦਿਨੀ ਕੈਨੇਡਾ ਵਿਦੇਸ਼ੀ ਟੂਰ ਦੇ ਦੌਰਾਨ ਅਚਾਨਕ ਹਾਰਟ ਅਟੈਕ ਪੈਂਦਾ ਹੈ ਤੇ ਉਸਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ। ਸਾਰਥਕੇ ਨੂੰ ਤੁਰੰਤ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ। ਦੱਸ ਦਈਏ ਕਿ ਸਾਰਥਕੇ ਦੇ ਸਾਲੇ ਰਣਬੀਰ ਕੌਸ਼ਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਾਰਟ ਅਟੈਕ ਆਇਆ। ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਕੋਈ ਗੱਲ ਨਹੀਂ, ਉਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ, ਉਹ ਹੁਣ ਖਤਰੇ ਤੋਂ ਬਾਹਰ ਹਨ। ਤੁਹਾਡੀਆਂ ਦੁਆਵਾਂ ਅਤੇ ਆਸ਼ੀਰਵਾਦ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਪਾਇਆ ਤੇ ਉਹ ਜਲਦ ਹੀ ਰਿਕਵਰ ਵੀ ਕਰ ਰਹੇ ਹਨ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਵੀ ਅੱਜ ਸਵੇਰ ਦੀ ਬੜੀ ਸੋਸ਼ਲ ਮੀਡੀਆ 'ਤੇ ਨਿਊਜ਼ ਵਾਇਰਲ ਹੋ ਰਹੀ ਹੈ ਬਾਈ ਸਾਰਥਕੇ ਹੋਰਾਂ ਬਾਰੇ, ਵੀ ਉਹਨਾਂ ਨੂੰ ਹਾਰਟ ਅਟੈਕ ਆਇਆ ਅਤੇ ਘਬਰਾਉਣ ਦੀ ਕੋਈ ਗੱਲ ਨਹੀਂ, ਉਹਨਾਂ ਦੀ ਇੱਕ ਦਿਨ ਪਹਿਲਾਂ ਸਰਜਰੀ ਹੋ ਗਈ ਹੈ ਬਾਈਪਾਸ ਅਤੇ ਹੁਣ ਖਤਰੇ ਤੋਂ ਬਾਹਰ ਨੇ। ਬਸ ਸਾਰੇ ਵੱਧ ਤੋਂ ਵੱਧ ਬਲੈਸਿੰਗਸ ਦਿਓ ਵੀ ਉਹ ਰਿਕਵਰ ਜਲਦ ਤੋਂ ਜਲਦ ਕਰਨ, ਅਤੇ ਜਿਨ੍ਹਾਂ ਨੇ ਬਲੈਸਿੰਗਸ ਦਿੱਤੀਆਂ ਆਸ਼ੀਰਵਾਦ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਸ ਇੱਦਾਂ ਹੀ ਬਲੈਸਿੰਗਸ ਦਿੰਦੇ ਰਹੋ। ਪੰਜਾਬੀ ਗਾਇਕ ਸਾਰਥਕੇ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਉਹਨਾਂ ਨੇ ਹੁਣ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਦੀਏ ਕਿ ਕੈਨੇਡਾ ਦੇ ਵਿੱਚ ਅਚਾਨਕ ਹੀ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ। ਕਿਹਾ ਜਾ ਰਿਹਾ ਕਿ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਹਨਾਂ ਦਾ ਇੱਕ ਆਪਰੇਸ਼ਨ ਹੁੰਦਾ ਹੈ ਤੇ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤੇ ਇੱਕ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਤੁਹਾਡੀਆਂ ਦੁਆਵਾਂ ਅਤੇ ਕਾਲਾਂ ਦੇ ਕਰਕੇ ਹੀ ਸੰਭਵ ਹੋ ਪਾਇਆ। ਦੱਸ ਦਈਏ ਕਿ ਜੋ ਪੋਸਟ ਸਾਰਥਕੇ ਦੇ ਵੱਲੋਂ ਪਾਈ ਗਈ ਹੈ ਉਸ ਦੇ ਵਿੱਚ ਲਿਖਿਆ ਹੈ, ਸਤਿ ਸ਼੍ਰੀ ਅਕਾਲ ਜੀ, ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ। ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ ਨੇ। ਤੁਸੀਂ ਸਾਰਿਆਂ ਨੇ ਦਿਨ ਰਾਤ ਫੋਨ ਮੈਸੇਜ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੜਾ ਹੌਸਲਾ ਤੇ ਦੁਆਵਾਂ ਦਿੱਤੀਆਂ। ਉਸ ਮਾਲਕ ਦੀ ਕਿਰਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਫੀਲ ਕਰ ਰਿਹਾ ਤੇ ਬੜੀ ਹੀ ਜਲਦੀ ਹੀ ਆਪਾਂ ਸਟੇਜਾਂ ਤੇ ਅਖਾੜੇ ਲਾਉਂਦੇ ਨਜ਼ਰ ਆਵਾਂਗੇ। ਹੋ ਸਕਦਾ ਅਖਾੜੇ ਥੋੜੇ ਟਾਈਮ ਲਈ ਇਸ ਹਸਪੀਟਲ ਦੀ ਜਗ੍ਹਾ ਤੇ ਬੁੱਕ ਹੋਏ ਹੋਣ, ਉਹ ਮਾਲਕ ਜਾਣਦਾ। ਬਾਕੀ ਮੈਂ ਹਰ ਰੋਜ਼ ਆਪਣੀ ਅਪਡੇਟ ਸਾਰਿਆਂ ਦੇ ਨਾਲ ਸਾਂਝੀ ਕਰਦਾ ਰਹੂੰਗਾ। ਪਿਆਰ ਕਰਨ ਵਾਲਿਆਂ ਨੂੰ,
ਚਾਹੁਣ ਵਾਲਿਆਂ ਨੂੰ ਦਿਲ ਤੋਂ ਪਿਆਰ ਤੇ ਸਤਿਕਾਰ। ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਖਿਆਲ ਰੱਖਿਓ, ਮਾਲਕ ਸਭ ਨੂੰ ਤੰਦਰੁਸਤ ਰੱਖੇ ਤੇ ਸਾਰਥਕੇ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੇਗਾ। ਤਾਂ ਇਹ ਪੋਸਟ ਜੋ ਹੈ ਸਾਰਥਕੇ ਦੇ ਵੱਲੋਂ ਪਾਈ ਗਈ ਹੈ। ਦੱਸ ਦਈਏ ਕਿ ਉੱਘੇ ਪੰਜਾਬੀ ਗਾਇਕ ਅਤੇ ਮਿਮਿਕਰੀ ਕਲਾਕਾਰ ਨਾਭਾ ਦੇ ਜੰਪਲ ਸਾਰਥਕੇ, ਜਿਨ੍ਹਾਂ ਦੀ ਬੀਤੇ ਦਿਨੀ ਕੈਨੇਡਾ ਵਿਦੇਸ਼ੀ ਟੂਰ ਦੇ ਦੌਰਾਨ ਅਚਾਨਕ ਹਾਰਟ ਅਟੈਕ ਪੈਂਦਾ ਤੇ ਉਸਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ। ਸਾਰਥਕੇ ਨੂੰ ਤੁਰੰਤ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ। ਦੱਸ ਦਈਏ ਕਿ ਸਾਰਥਕੇ ਦੇ ਸਾਲੇ ਰਣਬੀਰ ਕੌਸ਼ਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਾਰਟ ਅਟੈਕ ਆਇਆ। ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਕੋਈ ਗੱਲ ਨਹੀਂ, ਉਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ, ਉਹ ਹੁਣ ਖਤਰੇ ਤੋਂ ਬਾਹਰ ਹਨ। ਤੁਹਾਡੀਆਂ ਦੁਆਵਾਂ ਅਤੇ ਆਸ਼ੀਰਵਾਦ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਪਾਇਆ ਤੇ ਉਹ ਜਲਦ ਹੀ ਰਿਕਵਰ ਵੀ ਕਰ ਰਹੇ ਹਨ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਵੀ ਅੱਜ ਸਵੇਰ ਦੀ ਬੜੀ ਸੋਸ਼ਲ ਮੀਡੀਆ 'ਤੇ ਨਿਊਜ਼ ਵਾਇਰਲ ਹੋ ਰਹੀ ਹੈ ਬਾਈ ਸਾਰਥਕੇ ਹੋਰਾਂ ਬਾਰੇ, ਵੀ ਉਹਨਾਂ ਨੂੰ ਹਾਰਟ ਅਟੈਕ ਆਇਆ ਅਤੇ ਘਬਰਾਉਣ ਦੀ ਕੋਈ ਗੱਲ ਨਹੀਂ, ਉਹਨਾਂ ਦੀ ਇੱਕ ਦਿਨ ਪਹਿਲਾਂ ਸਰਜਰੀ ਹੋ ਗਈ ਹੈ ਬਾਈਪਾਸ, ਅਤੇ ਹੁਣ ਖਤਰੇ ਤੋਂ ਬਾਹਰ ਨੇ। ਬਸ ਸਾਰੇ ਵੱਧ ਤੋਂ ਵੱਧ ਬਲੈਸਿੰਗਸ ਦਿਓ ਵੀ ਉਹ ਰਿਕਵਰ ਜਲਦ ਤੋਂ ਜਲਦ ਕਰਨ, ਅਤੇ ਜਿਨ੍ਹਾਂ ਨੇ ਬਲੈਸਿੰਗਸ ਦਿੱਤੀਆਂ ਆਸ਼ੀਰਵਾਦ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬਸ ਇੱਦਾਂ ਹੀ ਬਲੈਸਿੰਗਸ ਦੇ ਦਿਓ।